ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ। ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ। ਪਹਿਲਾਂ ਚੋਣਵੀਆਂ ਖਬਰਾਂ। 16 ਸਾਲ ਬਾਅਦ ਫੈਸਲਾ, ਛਤਰਪਤੀ ਕਤਲ ਕਾਂਡ ਵਿੱਚ ਡੇਰਾ ਸਰਸਾ ਮੁਖੀ ਨੂੰ ਉਮਰ ਕੈਦ, ਮਰਦੇ ਦਮ ਤੱਕ ਜੇਲ੍ਹ ਵਿੱਚ ਰਹੇਗਾ। ਮੁੱਖ ਮੰਤਰੀ ਨੇ ਆਖਿਆ ਸਾਂਪਲਾ ਵੱਲੋਂ ਕਰਤਾਰਪੁਰ ਸਾਹਿਬ ਦੇ ਸੁਪਨੇ ਨੂੰ ਨਾਕਾਮ ਬਣਾਉਣ ਦੀ ਕੋਸ਼ਿਸ਼। ਦੁਆਬੇ ਦੇ ਕਾਂਗਰਸੀ ਵਿਧਾਇਕਾਂ ਨਾਲ ਮੁੱਖ ਮੰਤਰੀ ਦੀ ਮੀਟਿੰਗ। ਬ੍ਰਹਮਪੁਰਾ ਨੇ ਆਖਿਆ ਜ਼ਬਾਨੀ ਤੌਰ ਤੇ ਢੀਂਡਸਾ ਸਾਡੇ ਨਾਲ, ਸੰਵਿਧਾਨਕ ਤੌਰ ਤੇ ਨਹੀਂ ਲਿਆ ਫੈਸਲਾ। ਵਿਧਾਇਕ ਬਲਦੇਵ ਸਿੰਘ ਪੰਜਾਬੀ ਏਕਤਾ ਪਾਰਟੀ ਵਿੱਚ ਸ਼ਾਮਲ। ਇੱਕ ਮਹੀਨੇ ਵਿੱਚ HS ਫੁਲਕਾ ਪੂਰੇ ਪੰਜਾਬ ਵਿੱਚ ਬਣਾਉਣਗੇ ਜਥੇਬੰਦੀਆਂ। ਪੰਥਕ ਕਨਵੋਕੇਸ਼ਨ ਦਾ ਐਲਾਨ। 11 ਮੈਂਬਰੀ ਮੁੱਢਲੀ ਸਿੱਖ ਜਥੇਬੰਦੀ ਨੇ ਕਨਵੀਨਰ ਬਣੇ ਸੁਖਦੇਵ ਸਿੰਘ ਭੌਰ। ਹਾਈਕੋਰਟ ਨੇ ਆਖਿਆ ਹਰਿਮੰਦਰ ਸਾਹਿਬ ਗਲਿਆਰੇ ਦੇ ਨਾਲ ਨਜਾਇਜ਼ ਕਬਜ਼ੇ 3 ਮਹੀਨਿਆਂ ਵਿੱਚ ਹਟਾਓ। ਲੁਧਿਆਣਾ ਵਿੱਚ ਕੌਮੀ ਜਾਂਚ ਏਜੰਸੀ ਵੱਲੋਂ ਛਾਪੇਮਾਰੀ। ਸਿਟੀ ਸੈਂਟਰ ਘੁਟਾਲੇ ਦੀ ਅਗਲੀ ਪੇਸ਼ੀ 1 ਫਰਵਰੀ ਨੂੰ। ਹੁਣ ਖਬਰਾਂ ਦੀ ਵਿਸਥਾਰ। ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕਾਂਡ ਵਿੱਚ 16 ਸਾਲਾਂ ਬਾਅਦ CBI ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਮੁਖੀ ਸਣੇ 4 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਵੀਡੀਓ ਕਾਨਫਰੰਸ ਦੇ ਰਾਹੀਂ ਸੁਣਵਾਈ ਦੌਰਾਨ 4 ਦੋਸ਼ੀਆਂ ਤੇ ਕਤਲ ਦੇ ਮਾਮਲੇ ਵਿੱਚ 50,000 ਰੁਪਏ ਜੁਰਮਾਨਾ ਵੀ ਲਾਇਆ ਗਿਆ। ਜੁਰਮਾਨੇ ਦੀ 2 ਸਾਲ ਦੀ ਅਦਾਇਗੀ ਨਾ ਕਰਨ ਤੇ 2 ਸਾਲ ਵੱਧ ਸਜ਼ਾ ਭੁਗਤਣੀ ਪਏਗੀ। ਕਤਲ ਦੀ ਸਾਜਿਸ਼ ਤੋਂ ਇਲਾਵਾ ਦੋਸ਼ੀ ਨਿਰਮਲ ਸਿੰਘ ਅਤੇ ਕ੍ਰਿਸ਼ਨ ਲਾਲ ਨੂੰ ਆਰਮ ਐਕਟ ਦੀਆਂ ਧਾਰਾਵਾਂ ਵਿੱਚ 3-3 ਸਾਲ ਕੈਦ ਅਤੇ 5,000 ਰੁਪਏ ਜੁਰਮਾਨਾ ਵੀ ਸੁਣਾਇਆ ਗਿਆ। 51 ਸਾਲਾ ਰਾਮ ਰਹੀਮ ਸਾਧਵੀ ਬਦਸਲੂਕੀ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ। ਇਹ ਸਜ਼ਾ ਪੂਰੀ ਹੋਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸ਼ੁਰੂ ਹੋਏਗੀ। 24 ਅਕਤੂਬਰ 2002 ਨੂੰ ਸਰਸਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਇਸ ਤੋਂ ਬਾਅਦ ਉਸ ਦੇ ਬੇਟੇ ਅੰਸ਼ੁਲ ਨੇ ਦੱਸਿਆ ਕਿ ਉਸ ਦੇ ਪਿਤਾ ਲਗਾਤਾਰ ਡੇਰੇ ਵਿੱਚ ਰਹਿ ਰਹੀਆਂ ਸਾਧਵੀਆਂ ਨਾਲ ਹੋਈ ਬਦਸਲੂਕੀ ਦੀਆਂ ਖਬਰਾਂ ਨੂੰ ਪ੍ਰਕਾਸ਼ਿਤ ਕਰ ਰਹੇ ਸਨ, ਜਿਸ ਤੇ ਡੇਰਾ ਮੁਖੀ ਨਾਰਾਜ਼ ਸਨ। ਇਸ ਲਈ ਡੇਰਾ ਮੁਖੀ ਦੇ ਕਹਿਣ ਤੇ ਉਨ੍ਹਾਂ ਦੇ ਪਿਤਾ ਦਾ ਕਤਲ ਕੀਤਾ ਗਿਆ। ਮਾਮਲੇ ਦੀ CBI ਜਾਂਚ ਸ਼ੁਰੂ ਹੋਈ। 2007 ਵਿੱਚ ਅਦਾਲਤ ਪਹੁੰਚਿਆ। CBI ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਦੋਸ਼ੀ ਰਾਮ ਰਹੀਮ ਨੂੰ ਪੁੱਛਿਆ ਕਿ ਤੁਹਾਡੇ ਕਿੰਨੇ ਬੱਚੇ ਨੇ, ਨਾਲ ਹੀ ਪੁੱਛਿਆ ਕਿ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਲੇਕਿਨ ਉਹ ਕੁਝ ਵੀ ਨਹੀਂ ਕਿਹਾ ਤੇ ਜਵਾਬ ਦਿੱਤਾ ਕਿ ਉਹਨਾਂ ਦੇ ਵਕੀਲ ਉਹਨਾਂ ਦਾ ਪੱਖ ਰੱਖਣਗੇ। ਪੱਤਰਕਾਰ ਰਾਮਚੰਦਰ ਦੀ ਪਤਨੀ ਕੁਲਵੰਤ ਕੌਰ ਨੇ ਆਖਿਆ ਕਿ ਇਸ ਲੜਾਈ ਵਿੱਚ ਜਿੰਨਾ ਹੀਰੋ ਮੇਰਾ ਬੇਟਾ ਅੰਸ਼ੁਲ ਹੈ, ਉਨਾ ਹੀ ਉਹ ਜੱਜ ਹੈ ਜਿਨ੍ਹਾਂ ਨੇ ਰਾਮ ਰਹੀਮ ਸਣੇ 4 ਨੂੰ ਦੋਸ਼ੀ ਠਹਿਰਾਇਆ। ਉਹਨਾਂ ਆਖਿਆ ਕਿ ਉਹ ਜੱਜ ਸਾਹਿਬ ਦਾ ਧੰਨਵਾਦ ਕਰਦੇ ਨੇ। ਉਹਨਾਂ ਆਖਿਆ ਕਿ ਉਹ ਸਾਡੇ ਲਈ ਰੋਲ ਮਾਡਲ ਹੈ, ਐਸੇ ਜੱਜ ਸਾਰੇ ਪੀੜਤਾਂ ਨੂੰ ਮਿਲਣ ਤਾਂ ਜੋ ਇਨਸਾਫ ਮਿਲ ਸਕੇ। ਰਾਮਚੰਦਰ ਦੇ ਬੇਟੇ ਅੰਸ਼ੁਲ ਨੇ ਆਖਿਆ, ਅਸੀਂ ਚਾਹੁੰਦੇ ਹਾਂ ਕਿ ਦੋਸ਼ੀ ਰਾਮ ਰਹੀਮ ਨੂੰ ਮੌਤ ਦੀ ਸਜ਼ਾ ਹੋਵੇ, ਲੇਕਿਨ ਅਦਾਲਤ ਨੇ ਜੋ ਫੈਸਲਾ ਕੀਤਾ ਹੈ ਉਸਦਾ ਉਹ ਸਵਾਗਤ ਕਰਦੇ ਨੇ। ਉਹਨਾਂ ਆਖਿਆ ਕਿ ਅੱਜ ਫੈਸਲੇ ਨੇ 16 ਸਾਲ ਦੇ ਇੰਤਜ਼ਾਰ ਦਾ ਨੁਕਸਾਨ ਪੂਰਾ ਕਰ ਦਿੱਤਾ, ਅੱਜ ਸਾਡੀ ਜਿੱਤ ਹੋਈ ਹੈ ਨਿਆਇਕ ਪ੍ਰਣਾਲੀ ਤੇ ਪਹਿਲਾਂ ਦੀ ਤਰ੍ਹਾਂ। ਉਹਨਾਂ ਆਖਿਆ ਕਿ ਸਾਡਾ ਹਮੇਸ਼ਾ ਅਟੁੱਟ ਭਰੋਸਾ ਰਹੇਗਾ। ਡੇਰਾ ਮੁਖੀ ਅਤੇ 3 ਹੋਰਨਾਂ ਦੋਸ਼ੀਆਂ ਦੀ ਵੀਡੀਓ ਕਾਨਫਰੰਸ ਨਾਲ ਪੇਸ਼ੀ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਵਿਵਸਥਾ ਦੇ ਇੰਤਜ਼ਾਮ ਕੀਤੇ ਗਏ। ਰੋਹਤਕ, ਸਰਸਾ ਤੇ ਅੰਬਾਲਾ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਪੰਚਕੂਲਾ ਜ਼ਿਲ੍ਹਾ ਅਦਾਲਤ ਛਾਉਣੀ ਵਿੱਚ ਤਬਦੀਲ ਰਿਹਾ। ਹਰਿਆਣਾ ਪੁਲਿਸ ਦੇ ਜਵਾਨਾਂ ਨੇ ਕੰਪਨੀ ਅਤੇ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਤਾਇਨਾਤ ਕੀਤੇ ਸਨ। ਪ੍ਰਸ਼ਾਸਨ ਵੱਲੋਂ ਵੀਡੀਓਗ੍ਰਾਫੀ ਤੋਂ ਇਲਾਵਾ ਸ਼ਹਿਰ ਤੇ ਡਰੋਨ ਤੇ ਨਾਲ ਨਜ਼ਰ ਰੱਖੀ ਜਾ ਰਹੀ ਸੀ। ਛਤਰਪਤੀ ਕਤਲ ਕਾਂਡ ਵਿੱਚ ਭਾਵੇਂ ਡੇਰਾ ਮੁਖੀ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ, ਇਸ ਦੇ ਬਾਵਜੂਦ ਡੇਰਾ ਮੁਖੀ ਤੇ ਹੋਰ ਕਾਨੂੰਨੀ ਸ਼ਿਕੰਜਾ ਕੱਸੇਗਾ। ਕੁਝ ਹੋਰ ਮਾਮਲੇ ਨੇ ਜਿਨ੍ਹਾਂ ਤੇ ਡੇਰਾ ਮੁਖੀ ਦੋਸ਼ੀ ਨੇ, ਹਾਲਾਂਕਿ ਬਚਾਅ ਪੱਖ ਦੇ ਕੋਲ ਇਸ ਉਮਰ ਕੈਦ ਦੀ ਸਜ਼ਾ ਨੂੰ ਉੱਪਰਲੀ ਅਦਾਲਤ ਵਿੱਚ ਚੁਣੌਤੀ ਦੇਣ ਦਾ ਬਦਲ ਹੈ। ਹੋਰਨਾਂ ਮਾਮਲਿਆਂ ਵਿੱਚ ਜੇਕਰ ਫੈਸਲਾ ਡੇਰਾ ਮੁਖੀ ਦੇ ਖਿਲਾਫ ਆਉਂਦਾ ਤਾਂ ਡੇਰਾ ਮੁਖੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ। ਇਸ ਤੋਂ ਇਲਾਵਾ ਫਕੀਰ ਚੰਦ ਮਰਡਰ ਕੇਸ, ਨਪੁੰਸਕ ਬਣਾਉਣ ਦਾ ਕੇਸ ਤੇ ਰਣਜੀਤ ਸਿੰਘ ਕਤਲ ਕਾਂਡ ਦੇ ਕੇਸ ਵੱਖਰੇ ਨੇ, ਜਿਨ੍ਹਾਂ ਵਿੱਚ 19 ਜਨਵਰੀ ਨੂੰ ਇਸ ਮਾਮਲੇ ਵਿੱਚ ਬਹਿਸ ਸ਼ੁਰੂ ਹੋ ਰਹੀ ਹੈ। ਉਮੀਦ ਹੈ ਕਿ ਇਸ ਮਾਮਲੇ ਵਿੱਚ ਜਲਦ ਫੈਸਲਾ ਆਏਗਾ। ਇਸ ਕੇਸ ਵਿੱਚ ਵੀ ਡੇਰਾ ਮੁਖੀ ਦੋਸ਼ੀ ਨੇ।
ਨਿੰਦਰ ਕੁਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ। ਸਾਰਾ ਦਿਨ ਲੋਕਾਂ ਦੀਆਂ ਨਜ਼ਰਾਂ ਪੰਚਕੂਲਾ ਦੀ CBI ਕੋਰਟ ਉੱਤੇ ਲੱਗੀਆਂ ਰਹੀਆਂ ਅਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵਿਰੁੱਧ ਫੈਸਲੇ ਨੂੰ ਲੋਕੀ ਉਤਸੁਕਤਾ ਨਾਲ ਜਾਣਨ ਵਾਸਤੇ ਕਾਲੇ ਭਏ ਵਿਖਾਈ ਦਿੱਤੇ, ਪਰੰਤੂ ਫੈਸਲਾ ਹੱਥ ਨੇ 6:30 ਆਇਆ। ਜੱਜ ਨੇ ਇਸ ਛਤਰਪਤੀ ਕਤਲ ਕੇਸ 'ਚ ਡੇਰਾ ਮੁਖੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦਕਿ ਸਾਧਵੀਆਂ ਨਾਲ ਬਲਾਤਕਾਰ ਕੇਸ ਵਿੱਚ ਡੇਰਾ ਮੁਖੀ ਪਹਿਲਾਂ ਹੀ 20 ਸਾਲਾਂ ਦੀ ਸਜ਼ਾ ਭੁਗਤ ਰਿਹਾ ਹੈ। ਜੱਜ ਨੇ ਡੇਰਾ ਮੁਖੀ ਦੇ ਨਾਲ 3 ਹੋਰਨਾਂ ਦੋਸ਼ੀਆਂ ਕੁਲਦੀਪ ਸਿੰਘ, ਨਿਰਮਲ ਸਿੰਘ ਅਤੇ ਕ੍ਰਿਸ਼ਨ ਲਾਲ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਚੇਤੇ ਰਹੇ ਕਿ 11 ਜਨਵਰੀ ਨੂੰ ਇਹਨਾਂ ਨੂੰ ਕੋਰਟ ਨੇ ਦੋਸ਼ੀ ਕਰਾਰ ਦੇ ਦਿੱਤਾ ਸੀ। ਕੋਰਟ ਵਿੱਚ ਅੱਜ ਰਾਮ ਰਹੀਮਾ ਦੇ ਵਕੀਲਾਂ ਨੇ ਜੱਜ ਨੂੰ ਬੇਨਤੀ ਕੀਤੀ ਕਿ ਡੇਰਾ ਮੁਖੀ ਦੀ ਉਮਰ ਦੇਖਦੇ ਹੋਏ ਉਸ ਉੱਤੇ ਰਹਿਮ ਕੀਤਾ ਜਾਏ। ਉਧਰੋਂ CBI ਦੇ ਵਕੀਲਾਂ ਨੇ ਕਿਹਾ ਕਿ ਰਾਮ ਰਹੀਮ ਦੇ ਲੱਖਾਂ ਸ਼ਰਧਾਲੂ ਹਨ ਅਤੇ ਉਸਨੇ ਕਿੰਨਿਆਂ ਦਾ ਕਤਲ ਕੀਤਾ ਅਤੇ ਕਿੰਨਿਆਂ ਦਾ ਯੌਨ ਸ਼ੋਸ਼ਣ ਕੀਤਾ। CBI ਦੇ ਵਕੀਲਾਂ ਨੇ ਇਹ ਵੀ ਮੰਗ ਕੀਤੀ ਕਿ ਹੁਣ ਤੱਕ ਰਾਮ ਰਹੀਮ ਦੀ ਸੁਰੱਖਿਆ ਉੱਤੇ ਆਇਆ ਟੋਟਲ ਖਰਚਾ ਵੀ ਡੇਰੇ ਪਾਸੋਂ ਵਸੂਲ ਕੀਤਾ ਜਾਏ। ਜੱਜ ਮਾਣਯੋਗ ਜਗਦੀਪ ਸਿੰਘ ਨੇ ਹੱਥ ਨੇ 5 ਵਜੇ ਆਪਣਾ ਫੈਸਲਾ ਕੋਰਟ ਵਿੱਚ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ, ਪਰ ਇਸ ਨੂੰ ਫਿਰ ਵੀ ਗੁਪਤ ਰੱਖਿਆ ਗਿਆ। ਸਮੁੱਚਾ ਭਾਰਤੀ ਮੀਡੀਆ ਇਸ ਨੂੰ ਨੇੜਲੀ ਨਜ਼ਰ ਤੋਂ ਦੇਖ ਰਿਹਾ ਸੀ। ਕੋਰਟ ਵਿੱਚ ਵਕੀਲਾਂ ਦੀ ਬਹਿਸ ਵੀ ਭਖਵੇਂ ਰੂਪ ਵਿੱਚ ਹੋਈ ਹੈ। ਮਾਰੇ ਗਏ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪਰਿਵਾਰ ਲਈ CBI ਦੇ ਵਕੀਲਾਂ ਨੇ ਕੋਰਟ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਅਤੇ ਦੱਸਿਆ ਕਿ ਪਰਿਵਾਰ ਦੀ ਸੁਰੱਖਿਆ ਉੱਤੇ ਖਰਚਾ ਹੋ ਰਿਹਾ ਹੈ। CBI ਦੇ ਵਕੀਲਾਂ ਨੇ ਰਾਮ ਰਹੀਮ ਲਈ ਕੋਰਟ ਪਾਸੋਂ ਮੌਤ ਦੀ ਸਜ਼ਾ ਯਾਨੀ ਫਾਂਸੀ ਦੀ ਮੰਗ ਕੀਤੀ ਸੀ। ਰਾਮ ਰਹੀਮ ਦੇ ਵਕੀਲਾਂ ਨੇ ਵੀ ਕੋਰਟ ਵਿੱਚ ਭਖਵੀਂ ਬਹਿਸ ਕੀਤੀ। ਕੋਰਟ ਨੇ 1/2 ਘੰਟੇ ਦੀ ਬ੍ਰੇਕ ਵੀ ਦਿੱਤੀ। ਇਸ ਹਫ਼ਤੇ ਮੱਦੇਨਜ਼ਰ ਪੰਚਕੂਲਾ, ਹਰਿਆਣਾ, ਚੰਡੀਗੜ੍ਹ, ਪੰਜਾਬ ਸਮੇਤ ਸਿਰਸਾ ਨਾਲ ਲੱਗਦੀਆਂ ਹੱਦਾਂ ਸਰਹੱਦਾਂ ਉੱਤੇ ਸਖ਼ਤ ਸੁਰੱਖਿਆ ਬੰਦੋਬਸਤ ਕੀਤੇ ਗਏ ਅਤੇ ਚੌਕਸੀ ਰੱਖੀ ਗਈ। ਅੱਜ ਸੁਰੱਖਿਆ ਦੇ ਮੱਦੇਨਜ਼ਰ ਇਹਨਾਂ 4 ਦੋਸ਼ੀਆਂ ਨੂੰ ਸਜ਼ਾ ਦਾ ਐਲਾਨ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਗਿਆ। ਪੰਜਾਬ 'ਚ ਪੁਲਿਸ ਵੱਲੋਂ ਪੂਰੀ ਚੌਕਸੀ ਰੱਖੀ ਗਈ ਹੈ ਅਤੇ ਸਿਰਸਾ ਤੋਂ ਆਈਆਂ ਖ਼ਬਰਾਂ ਮੁਤਾਬਕ ਡੇਰਾ ਮੁਖੀ ਨੂੰ ਦੂਸਰੇ ਕੇਸ ਵਿੱਚ ਉਮਰ ਕੈਦ ਹੋਣ ਨਾਲ ਡੇਰਾ ਪ੍ਰੇਮੀ ਘੋਰ ਨਿਰਾਸ਼ਾ ਵਿੱਚ ਡੁੱਬ ਗਏ ਨੇ ਅਤੇ ਸਿਰਸਾ ਵਿੱਚ ਡੇਰੇ ਦੇ ਉੱਤੇ ਖਾਸ ਕਰਕੇ ਸੁੰਨਸਾਨ ਪਸਰੀ ਹੋਈ ਹੈ। ਗੱਲ ਕਰੀਏ MLA ਕੁਲਵੀਰ ਸਿੰਘ ਜੀਰਾ ਦੀ, ਤਾਂ ਕੁਲਵੀਰ ਸਿੰਘ ਜੀਰਾ ਵੀ ਡਾਢੀ ਨਿਰਾਸ਼ਾ ਵਿੱਚ ਹੈ ਕਿਉਂਕਿ ਉਸਨੂੰ ਪਾਰਟੀ ਵੱਲੋਂ ਮੁਅੱਤਲ ਕੀਤਾ ਗਿਆ ਸੀ ਕੱਲ੍ਹ। ਔਰ ਕੁਲਵੀਰ ਸਿੰਘ ਜੀਰਾ ਨੇ ਅੱਜ ਫਿਰ ਮੀਡੀਆ ਵਿੱਚ ਕਿਹਾ ਕਿ ਉਹ ਆਪਣੀ ਲੜਾਈ IG ਛੀਨਾ ਅਤੇ ਨਸ਼ਿਆਂ ਦੇ ਵਿਰੁੱਧ ਜਾਰੀ ਰੱਖਣਗੇ। ਔਰ ਉਹਨਾਂ ਨੇ ਸੁਨੀਲ ਜਾਖੜ 'ਤੇ ਵੀ ਹਮਲੇ ਕੀਤੇ ਸ਼ਬਦੀ। ਉਹਨਾਂ ਨੇ ਕਿਹਾ ਕਿ ਸੁਨੀਲ ਜਾਖੜ ਨੇ ਫਿਰੋਜ਼ਪੁਰ ਵਿੱਚ IG ਛੀਨਾ ਦੀ ਨਿਯੁਕਤੀ ਕਰਵਾਈ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ਅਤੇ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰਨ ਦਾ ਫੈਸਲਾ ਕੀਤਾ। ਪਾਰਟੀ ਜਲਦ ਹੀ ਇਹਨਾਂ ਸੂਬਿਆਂ ਵਿੱਚ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਕਾਂਗਰਸ ਦੀ ਪ੍ਰਧਾਨ ਸ਼ੀਲਾ ਦੀਕਸ਼ਿਤ ਦੇ ਬਿਆਨਾਂ ਤੋਂ ਬਾਅਦ ਪਾਰਟੀ ਨੇ ਮਨ ਬਣਾ ਲਿਆ ਕਿ ਦੋਨਾਂ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਹੁਣ ਇਕੱਲੇ ਆਪਣੇ ਦਮ 'ਤੇ ਚੋਣਾਂ ਲੜੇਗੀ, ਕਾਂਗਰਸ ਨਾਲ ਗੱਠਜੁੜ ਨਹੀਂ ਰਹੇਗਾ। ਗੈਰ ਭਾਜਪਾ ਮਿੱਤਰ ਦਲ ਵੱਲੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਕਈ ਵਾਰ ਇਸ ਮਾਮਲੇ 'ਤੇ ਗੱਲ ਹੋਈ ਕਿ ਗੈਰ BJP ਵੋਟਾਂ ਨੂੰ ਦੀ ਵੰਡ ਤੋਂ ਰੋਕਣ ਲਈ ਸਾਰੀਆਂ ਜ਼ਰੂਰੀ ਕਦਮ ਚੁੱਕੇ ਜਾਣ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, MK ਸਟਾਲਿਨ, ਫਾਰੂਕ ਅਬਦੁੱਲਾ ਨਾਲ ਇਸ ਮਸਲੇ 'ਤੇ ਕੇਜਰੀਵਾਲ ਨੇ ਕਈ ਵਾਰ ਗੱਲਬਾਤ ਕੀਤੀ ਹੈ, ਲੇਕਿਨ ਪਾਰਟੀ ਨੂੰ ਹੁਣ ਲੱਗ ਰਿਹਾ ਹੈ ਕਿ ਕਾਂਗਰਸ ਦੇ 2 ਵੱਡੇ ਆਗੂਆਂ ਦੇ ਬਿਆਨ 'ਤੇ ਪਾਰਟੀ ਨੇ ਰਾਹ ਸੌਖੀ ਕਰ ਦਿੱਤੀ। ਪਾਰਟੀ ਵੱਲੋਂ ਮਿੱਤਰ ਪਾਰਟੀਆਂ ਦੇ ਨੇਤਾਵਾਂ ਦੇ ਗੱਠਜੋੜ ਦੇ ਸਵਾਲ 'ਤੇ ਜਵਾਬ ਦੇਣਾ ਹੁਣ ਸੌਖਾ ਹੋ ਜਾਏਗਾ, ਕਿਉਂਕਿ ਕਾਂਗਰਸ ਨੂੰ ਇਹਨਾਂ ਨੇਤਾਵਾਂ ਦੇ ਬਿਆਨ ਦੇ ਆਧਾਰ 'ਤੇ ਆਮ ਆਦਮੀ ਪਾਰਟੀ ਆਪਣੀ ਸਥਿਤੀ ਸਾਫ਼ ਕਰੇਗੀ। ਪਾਰਟੀ ਸੂਤਰਾਂ ਦਾ ਕਹਿਣਾ ਕਿ ਜਿਸ ਤਰ੍ਹਾਂ ਦੇ ਨਾਲ ਕਾਂਗਰਸ ਦੇ ਵੱਡੇ ਆਗੂ ਬਿਨਾਂ ਕਿਸੇ ਕਾਰਨ ਆਮ ਆਦਮੀ ਪਾਰਟੀ ਦੇ ਖਿਲਾਫ਼ ਬਿਆਨਬਾਜ਼ੀ ਕਰ ਰਹੇ ਨੇ, ਉਸ ਤੋਂ ਕਾਂਗਰਸ ਦੀ ਮਨਸ਼ਾ ਸਾਫ਼ ਹੋ ਜਾਂਦੀ ਹੈ। ਮਿੱਤਰ ਪਾਰਟੀਆਂ ਨੂੰ ਕਾਂਗਰਸ ਨੇਤਾਵਾਂ ਦੇ ਬਿਆਨ ਦਾ ਹਵਾਲਾ ਦੇ ਕੇ ਆਪਣੀ ਗੱਲ ਆਮ ਆਦਮੀ ਪਾਰਟੀ ਸਮਝਾਏਗੀ, ਇਸ ਸਬੰਧੀ ਫੈਸਲਾ ਕਰ ਲਿਆ ਗਿਆ।
ਤੇ ਦਿੱਲੀ ਅਤੇ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੇ ਉਮੀਦਵਾਰਾਂ ਦੇ ਜਲਦ ਐਲਾਨ ਆਮ ਆਦਮੀ ਪਾਰਟੀ ਕਰੇਗੀ। ਜ਼ਿਕਰਯੋਗ ਹੈ ਕਿ 20 ਜਨਵਰੀ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਬਰਨਾਲਾ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਨੇ। ਦਿੱਲੀ ਵਿਖੇ ਮੁੱਖ ਮੰਤਰੀ ਸਣੇ ਦਿੱਲੀ ਦੇ ਸਾਰੇ ਵਿਧਾਇਕਾਂ ਨੂੰ ਨੋਟਿਸ ਦਿੱਤਾ ਗਿਆ ਜਿਨ੍ਹਾਂ ਨੇ ਜਾਇਦਾਦ ਦਾ ਬਿਓਰਾ ਨਹੀਂ ਦਿੱਤਾ। ਇਸ ਸੰਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਲੋਕਾਯੁਕਤ ਦਫ਼ਤਰ ਨੇ ਇਹ ਨੋਟਿਸ ਜਾਰੀ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਦੀ ਪ੍ਰਕਿਰਿਆ ਨੂੰ ਗੈਰ ਜ਼ਰੂਰੀ ਤਰੀਕੇ ਨਾਲ ਗੁੰਝਲਦਾਰ ਬਣਾ ਕੇ ਸਿੱਖ ਭਾਈਚਾਰੇ ਦੇ ਸੁਪਨਿਆਂ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕਰਨ ਵਾਸਤੇ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਆਖਿਆ ਕਿ ਸਿੱਖ ਸ਼ਰਧਾਲੂਆਂ ਨੂੰ ਸੁਵਿਧਾਵਾਂ ਮੁਹੱਈਆ ਕਰਾਉਣ ਲਈ ਢੰਗ ਤਰੀਕੇ ਲੱਭਣ ਦੀ ਥਾਂ ਕੇਂਦਰ ਸਰਕਾਰ, ਖਾਸ ਕਰਕੇ ਸਾਂਪਲਾ ਵਰਗੇ ਜ਼ਿੰਮੇਦਾਰ ਚੁਣੇ ਹੋਏ ਨੁਮਾਇੰਦੇ ਲਗਾਤਾਰ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੇ ਸੁਪਨੇ ਨੂੰ ਹਕੀਕਤ ਵਿੱਚ ਲਿਆਉਣ ਦੇ ਰਾਹ ਵਿੱਚ ਅੜਿੱਕਾ ਡਾ ਰਹੇ ਨੇ, ਕਿਉਂਕਿ ਉਨ੍ਹਾਂ ਨੂੰ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਫੈਸਲਾ ਪੂਰਾ ਹੁੰਦਾ ਦਿਸ ਰਿਹਾ। ਮੁੱਖ ਮੰਤਰੀ ਨੇ ਆਖਿਆ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਪਾਰ ਕਰਨ ਲਈ ਗਰੀਬ ਅਤੇ ਅਨਪੜ੍ਹ ਸ਼ਰਧਾਲੂਆਂ ਵਾਸਤੇ ਪਾਸਪੋਰਟ ਨੂੰ ਖਤਮ ਕਰਨ ਦੀਆਂ ਸੰਭਾਵਨਾਵਾਂ ਨੂੰ ਰੱਦ ਕਰਨ ਤੇ ਵੀਜ਼ੇ ਨੂੰ ਜ਼ਰੂਰੀ ਬਣਾਉਣ ਦੇ ਵਿਜੇ ਸਾਂਪਲਾ ਦੇ ਬਿਆਨ ਨੇ ਇੱਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਨਾ ਹੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਤੇ ਨਾ ਹੀ ਉਨ੍ਹਾਂ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਰਧਾਲੂਆਂ ਲਈ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਬਿਨਾਂ ਕਿਸੇ ਅੜਚਨ ਤੋਂ ਯਕੀਨੀ ਬਣਾਉਣ ਦੀ ਸੁਵਿਧਾ ਦੇਣ ਵਿੱਚ ਕੋਈ ਦਿਲਚਸਪੀ ਹੈ। ਕੈਪਟਨ ਨੇ ਆਖਿਆ ਕਿ ਸਾਂਪਲਾ ਵੱਲੋਂ ਸਾਰੇ ਪੰਜਾਬੀਆਂ ਕੋਲ ਪਾਸਪੋਰਟ ਹੋਣ ਦੇ ਦਾਅਵੇ ਪੂਰੀ ਤਰ੍ਹਾਂ ਗੈਰ ਜ਼ਿੰਮੇਵਾਰਨਾ ਅਤੇ ਗਲਤ ਨੇ। ਉਨ੍ਹਾਂ ਆਖਿਆ ਕਿ ਲਾਂਘੇ ਸਬੰਧੀ ਪ੍ਰੋਜੈਕਟ ਬਾਰੇ ਕੇਂਦਰ ਅਤੇ ਵੱਖ ਵੱਖ ਕੋਸ਼ਿਸ਼ਾਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਤਰਫੋਂ ਵਿਜੇ ਸਾਂਪਲਾ ਦਾ ਇਹ ਬਿਆਨ ਸਿੱਖ ਸ਼ਰਧਾਲੂਆਂ ਦੇ ਗੁਰਦੁਆਰਾ ਸਾਹਿਬ ਵਿਖੇ ਬਿਨਾਂ ਅੜਚਨ ਜਾਣ ਦਾ ਰਾਹ ਵਿੱਚ ਅੜਿੱਕਾ ਡਾਉਣ ਵਾਲਾ ਹੈ। ਜ਼ਿਕਰਯੋਗ ਹੈ ਕਿ ਵਿਜੇ ਸਾਂਪਲਾ ਨੇ ਆਖਿਆ ਸੀ ਕਿ ਸਾਰੇ ਪੰਜਾਬੀਆਂ ਦੇ ਪਾਸਪੋਰਟ ਬਣੇ ਹੋਏ ਨੇ ਤੇ ਪਾਸਪੋਰਟ ਤੇ ਹੀ ਵੀਜ਼ਾ ਲੱਗਣਾ ਚਾਹੀਦਾ ਹੈ, ਜਦਕਿ ਮੁੱਖ ਮੰਤਰੀ ਮੰਗ ਕਰ ਰਹੇ ਹੈ ਕਿ ਕਿਸੇ ਹੋਰ ਪਹਿਚਾਣ ਤੇ ਵੀ ਦਰਸ਼ਨ ਕਰਨ ਦੀ ਸੁਵਿਧਾ ਦਿੱਤੀ ਜਾਣੀ ਚਾਹੀਦੀ ਹੈ, ਜਦਕਿ ਪੰਜਾਬੀ ਬਹੁਤੇ ਐਸੇ ਨੇ ਜਿਨ੍ਹਾਂ ਦੇ ਪਾਸਪੋਰਟ ਨਹੀਂ ਬਣੇ। ਮੁੱਖ ਮੰਤਰੀ ਨੇ ਦੁਆਬੇ ਦੇ ਕਾਂਗਰਸੀ ਵਿਧਾਇਕਾਂ ਨਾਲ ਕੀਤੀ ਮੀਟਿੰਗ ਵਿੱਚ ਪੂਰੀ ਖੁੱਲ੍ਹਦਿਲੀ ਵਿਖਾਉਂਦਿਆਂ ਕੰਢੀ ਵਿਕਾਸ ਬੋਰਡ ਮੁੜ ਸੁਰਜੀਤ ਕਰਨ ਅਤੇ ਦੁਆਬੇ ਵਿੱਚ ਪਹਿਲਾਂ ਦੀ ਤਰ੍ਹਾਂ 24 ਘੰਟੇ ਖੇਤੀ ਲਈ ਬਿਜਲੀ ਸਪਲਾਈ ਜਾਰੀ ਰੱਖਣ ਦੀ ਮੰਗ ਨੂੰ ਪ੍ਰਵਾਨ ਕਰ ਲਿਆ ਹੈ। ਹਰ ਹਲਕੇ ਨੂੰ ਹਲਕੇ ਦੀ ਵਸੋਂ ਦੇ ਆਧਾਰ ਬਣਾ ਕੇ 7 ਕਰੋੜ ਰੁਪਏ ਵਿਕਾਸ ਦੇ ਕੰਮਾਂ ਲਈ ਜਾਰੀ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਆਖਿਆ ਕਿ ਉਹ ਆਪੋ ਆਪਣੇ ਹਲਕੇ ਦੀਆਂ ਸਕੀਮਾਂ ਦਾ ਪ੍ਰਸਤਾਵ ਤਿਆਰ ਕਰਕੇ ਜਲਦ ਤੋਂ ਜਲਦ ਸਰਕਾਰ ਨੂੰ ਮੁਹੱਈਆ ਕਰਵਾਉਣ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਵਿਕਾਸ ਸਕੀਮਾਂ ਲਈ ਲੋੜੀਂਦੀ ਅੱਧੀ ਰਕਮ ਨਾਲ ਹੀ ਨਾਲ ਦੀ ਨਾਲ ਜਾਰੀ ਕੀਤੀ ਜਾ ਰਹੀ ਹੈ, ਬਾਕੀ ਰਕਮ ਲੋੜ ਅਨੁਸਾਰ ਜਾਰੀ ਹੁੰਦੀ ਰਹੇਗੀ। ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਹੋ ਕੇ ਨਵਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪਾਰਟੀ ਬਣਾਉਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਪਹਿਲਾਂ ਦੀ ਤਰ੍ਹਾਂ ਬਰਕਰਾਰ ਨੇ ਤੇ ਜਵਾਨੀ ਤੌਰ ਤੇ ਢੀਂਡਸਾ ਉਨ੍ਹਾਂ ਦੇ ਨਾਲ ਹੈ, ਪਰੰਤੂ ਉਨ੍ਹਾਂ ਨਵੇਂ ਟਕਸਾਲੀ ਪਾਰਟੀ ਅੰਦਰ ਸ਼ਮੂਲੀਅਤ ਕਰਨ ਲਈ ਕੋਈ ਵੀ ਸੰਵਿਧਾਨਕ ਤੌਰ ਤੇ ਫੈਸਲਾ ਨਹੀਂ ਲਿਆ। ਉਨ੍ਹਾਂ ਆਖਿਆ ਕਿ ਅਸੀਂ ਉਨ੍ਹਾਂ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਾਂ। ਉਨ੍ਹਾਂ ਆਖਿਆ ਕਿ ਮਾਝਾ, ਦੁਆਬਾ, ਮਾਲਵਾ ਵਿੱਚ ਲਗਾਤਾਰ ਸੰਪਰਕ ਹੈ, ਜਲਦ ਹੀ ਕਈ ਵੱਡੇ ਚਿਹਰੇ ਪਾਰਟੀ ਵਿੱਚ ਸ਼ਾਮਲ ਹੋਣਗੇ ਜਿਨ੍ਹਾਂ ਦਾ ਅਸੀਂ ਸਵਾਗਤ ਕਰਾਂਗੇ। ਲੋਕ ਸਭਾ ਚੋਣਾਂ ਸੰਬੰਧੀ ਉਨ੍ਹਾਂ ਆਖਿਆ ਕਿ ਸਾਡਾ ਗੱਠਜੋੜ ਇਸ ਤੇ ਵਿਚਾਰ ਚਰਚਾ ਕਰ ਰਿਹਾ ਹੈ। ਆਮ ਆਦਮੀ ਪਾਰਟੀ ਵਿੱਚੋਂ ਅਸਤੀਫਾ ਦੇ ਚੁੱਕੇ ਜੈਤੋ ਤੋਂ ਵਿਧਾਇਕ ਬਲਦੇਵ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਦੀ ਨਵੀਂ ਬਣੀ ਪੰਜਾਬੀ ਏਕਤਾ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਜੈਤੋ ਵਿਧਾਨ ਸਭਾ ਤੋਂ ਵਿਧਾਇਕ ਬਲਦੇਵ ਸਿੰਘ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਕੇਜਰੀਵਾਲ ਨੂੰ ਅਸਤੀਫਾ ਭੇਜ ਦਿੱਤਾ ਸੀ। ਦਿੱਲੀ ਦੇ ਮੁੱਖ ਮੰਤਰੀ ਨੂੰ ਲਿਖੇ ਆਪਣੇ ਅਸਤੀਫੇ ਵਿੱਚ ਬਲਦੇਵ ਸਿੰਘ ਨੇ ਆਖਿਆ ਸੀ ਕਿ ਆਮ ਆਦਮੀ ਪਾਰਟੀ ਨੂੰ ਆਪਣੇ ਮੌਲਿਕ ਵਿਚਾਰਾਂ ਨੂੰ ਪੂਰੀ ਤਰ੍ਹਾਂ ਦਰਕਨਾਰ ਨਹੀਂ ਸੀ ਕਰਨਾ ਚਾਹੀਦਾ, ਜਿਸ ਕਰਕੇ ਉਹ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਨੇ। ਪੰਜਾਬੀ ਏਕਤਾ ਪਾਰਟੀ ਦੇ ਨੇਤਾ ਤੇ ਭੁਲਾਤ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਸਰਕਾਰ ਤੇ ਨਿਸ਼ਾਨਾ ਸਾਧਿਆ, ਆਖਿਆ ਕਿ ਪੰਜਾਬ ਕੋਲ ਸੁਰੇਸ਼ ਅਰੋੜਾ ਤੋਂ ਇਲਾਵਾ ਹੋਰ ਕੋਈ ਕਾਬਲ ਅਧਿਕਾਰੀ ਨਹੀਂ ਜੋ DGP ਦੀ ਕੁਰਸੀ ਤੇ ਬਿਠਾਇਆ ਜਾ ਸਕੇ। ਖਹਿਰਾ ਨੇ DGP ਸੁਰੇਸ਼ ਅਰੋੜਾ ਦੀ ਐਕਸਟੈਂਸ਼ਨ ਨੂੰ ਗੱਲ ਦੱਸਦਿਆਂ ਆਖਿਆ ਕਿ ਕੈਪਟਨ ਅਜੀਤ ਡਬੋਲ ਦੇ ਇਸ਼ਾਰਿਆਂ ਤੇ ਉਹ ਕੰਮ ਕਰ ਰਹੇ ਨੇ। ਨਾਲ ਹੀ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਦੋਸ਼ ਲਾਇਆ ਕਿ ਉਹ ਕੇਂਦਰ ਵਿੱਚ ਸੱਤਾ
ਤੇ ਬੈਠੀ ਭਾਜਪਾ ਸਰਕਾਰ ਦੇ ਹੱਥਾਂ ਦਾ ਖਡੌਣਾ ਬਣੇ ਨੇ। ਭਾਜਪਾ ਦੀ ਰਾਜਨੀਤੀ ਸਿੱਖਾਂ ਦੇ ਖਿਲਾਫ ਹੈ ਤੇ ਕੇਂਦਰ ਸਰਕਾਰ ਕੈਪਟਨ ਨੂੰ ਅੱਗੇ ਕਰਕੇ ਸਿੱਖਾਂ ਦੇ ਖਿਲਾਫ ਕੰਮ ਕਰ ਰਹੀ ਹੈ। ਖਹਿਰਾ ਨੇ ਬਰਨਾਲਾ ਵਿੱਚ ਹੋਣ ਜਾ ਰਹੀ ਆਮ ਆਦਮੀ ਪਾਰਟੀ ਦੀ ਰੈਲੀ ਤੇ ਸਵਾਲ ਚੁੱਕਦੇ ਆਖਿਆ ਕਿ ਬਿਕਰਮ ਸਿੰਘ ਮਜੀਠਾ ਤੋਂ ਮਾਫ਼ੀ ਮੰਗਣ ਦੇ ਮਾਮਲੇ ਵਿੱਚ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਮਾਫ਼ ਕਰ ਦਿੱਤਾ, ਇਸ ਬਾਰੇ ਜਵਾਬ ਦਿੱਤਾ ਜਾਵੇ। ਉਹਨਾਂ ਆਖਿਆ ਕਿ ਜੇਕਰ ਮਾਫ਼ ਨਹੀਂ ਕੀਤਾ ਤਾਂ ਭਗਵੰਤ ਮਾਨ ਨੂੰ ਕੇਜਰੀਵਾਲ ਤੋਂ ਇਸ ਸਟੇਜ ਤੇ ਸਵਾਲ ਪੁੱਛਣਾ ਚਾਹੀਦਾ ਕਿ ਉਹਨਾਂ ਨੇ ਮਜੀਠੀਆ ਤੋਂ ਮਾਫ਼ੀ ਕਿਉਂ ਮੰਗੀ। ਨਾਮਧਾਰੀ ਸੰਪਰਦਾ ਵੱਲੋਂ ਸ਼ਾਂਤਮਈ ਅੰਦੋਲਨ ਕਰਕੇ ਦਿੱਤੀਆਂ ਮਹਾਨ ਕੁਰਬਾਨੀਆਂ ਦੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਪਾਏ ਵਡਮੁੱਲੇ ਯੋਗਦਾਨ ਬਾਰੇ ਦੇਸ਼ ਵਾਸੀਆਂ ਨੂੰ ਜਾਣੂ ਕਰਾਉਣ ਲਈ ਸੰਸਦ ਵਿੱਚ ਨਾਮਧਾਰੀ ਲਹਿਰ ਦੀ ਸ਼ਹੀਦਾਂ ਦੀ ਯਾਦ ਦੀ ਚਿੰਨ੍ਹ ਨੂੰ ਲਾਉਣ ਦੀ ਸੂਬਾ ਸਰਕਾਰ ਕੋਸ਼ਿਸ਼ ਕਰੇਗੀ। ਨਾਮਧਾਰੀ ਸ਼ਹੀਦੀ ਸਮਾਰਕ ਮਲੇਰਕੋਟਲਾ ਵਿਖੇ ਰਾਜ ਪੱਧਰੀ ਸ਼ਹੀਦੀ ਸਮਾਗਮ ਦੌਰਾਨ ਇਹ ਗੱਲ ਉੱਠੀ ਹੈ। ਸਾਬਕਾ ਆਰਮੀ ਚੀਫ਼ ਜਨਰਲ ਜੇ ਸਿੰਘ ਨੇ ਡਾਕਟਰ ਧਰਮਵੀਰ ਗਾਂਧੀ ਵੱਲੋਂ ਬਣਾਏ ਪੰਜਾਬ ਮੰਚ ਦਾ ਪੱਲਾ ਫੜਿਆ। ਉਹਨਾਂ ਆਖਿਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜਨਗੇ, ਇਹਨਾਂ ਚੋਣਾਂ ਵਿੱਚ ਸਫਲਤਾ ਪਾਉਣ ਲਈ ਉਹਨਾਂ ਆਖਿਆ ਕਿ ਲੋਕਾਂ ਦੇ ਕੋਲ ਜਾਣਗੇ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗਤੀਵਿਧੀਆਂ ਤੋਂ ਨਾਰਾਜ਼ਗੀ ਤੇ ਉਹਨਾਂ ਨੇ ਅਸਤੀਫ਼ਾ ਦੇ ਦਿੱਤਾ ਸੀ। ਵਿਧਾਨ ਸਭਾ ਚੋਣਾਂ ਵਿੱਚ ਪਟਿਆਲਾ ਸ਼ਹਿਰੀ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਤੇ ਦੇ ਕੇ ਮੈਦਾਨ ਵਿੱਚ ਉਤਾਰਿਆ ਸੀ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਦਿੱਲੀ ਤੋਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਾਉਣ ਲਈ ਇੱਕ ਮਹੀਨੇ ਅੰਦਰ ਪੂਰੇ ਪੰਜਾਬ ਦੇ ਸਮੁੱਚੇ ਪਿੰਡਾਂ ਅੰਦਰ ਜਥੇਬੰਦੀਆਂ ਬਣਾਈਆਂ ਜਾ ਰਹੀਆਂ ਤਾਂ ਜੋ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਨਾਲ ਨਾਲ ਰਾਜਨੀਤਿਕ ਸਕੰਜੇ ਵਿੱਚੋਂ ਮੁਕਤ ਕਰਾ ਕੇ ਇਸ ਦੀ ਮਰਿਆਦਾ ਨੂੰ ਬਰਕਰਾਰ ਰੱਖਿਆ ਜਾਵੇ। ਉਹਨਾਂ ਆਖਿਆ ਕਿ ਉਹਨਾਂ ਵੱਲੋਂ ਕੋਈ ਵੀ ਰਾਜਨੀਤਿਕ ਚੋਣ ਨਹੀਂ ਲੜੀ ਜਾਏਗੀ, ਸਗੋਂ ਉਹਨਾਂ ਦਾ ਮਕਸਦ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਾਉਣਾ, ਨਾ ਕਿ ਸਿਆਸਤ ਚਮਕਾਉਣਾ। ਉਹਨਾਂ ਆਖਿਆ ਕਿ 2019 ਨੂੰ ਲੈ ਕੇ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਨੂੰ ਮੈਨੀਫੈਸਟੋ ਦੇ ਆਧਾਰ ਤਹਿਤ ਕਾਨੂੰਨੀ ਪ੍ਰਕਿਰਿਆ ਅਧੀਨ ਲਿਆਉਣਾ ਚਾਹੀਦਾ ਤਾਂ ਜੋ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਵਾਇਆ ਜਾ ਸਕੇ। ਪੰਜਾਬ ਡਾਇਰੀ ਹੁਣ ਫੇਸਬੁੱਕ ਤੇ ਵੀ, ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ। ਕੀ ਵਾਪਰਿਆ, ਕੀ ਹੋਣ ਵਾਲਾ ਹੈ, ਸਿਆਸੀ ਪਿੜਾਂ, ਖੇਡਾਂ ਦੇ ਮੈਦਾਨਾਂ, ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ। ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ। ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ। ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ। ਅੱਜ ਨਾਮਾ ਹਾਜ਼ਰ ਹੈ 30 ਸਮਾਰਖਾਂ। ਅੱਜ ਨਾਮੇ ਚ ਕੀ ਕਹਿੰਦਾ ਉਹ ਸੁਣਾਈਏ। 30 ਸਮਾਰਖਾਂ ਕਹਿੰਦਾ ਕਿ ਕੋਈ ਨਹੀਂ ਜਾਣਦਾ ਫੂਲਕਾ ਕਰੂਗਾ ਕੀ, ਚਰਚਾ ਬਹੁਤ ਕਸੂਤੀ ਪਈ ਚੱਲ ਮੀਆਂ, ਖਬਰਾਂ ਕਹਿੰਦੀਆਂ ਥੋੜੇ ਕੁ ਦਿਨਾਂ ਤੀਕਰ ਚਲਿਆ ਜਾਣਾ ਏ ਭਾਜਪਾ ਵੱਲ ਮੀਆਂ, ਖਬਰਾਂ ਕਹਿੰਦੀਆਂ ਥੋੜੇ ਕੁ ਦਿਨਾਂ ਤੀਕਰ ਚਲਿਆ ਜਾਣਾ ਏ ਭਾਜਪਾ ਦੇ ਵੱਲ ਮੀਆਂ, ਸੁਣਿਆ ਸੀਟ ਲੁਧਿਆਣੇ ਤੋਂ ਲੜੂਗਾ ਜੀ, ਭਾਜਪਾ ਨਾਲ ਹੈ ਹੋਈ ਪਈ ਗੱਲ ਮੀਆਂ, ਅੜਚਣ ਜਿਹੀ ਇਹ ਛੜੱਪਾ ਜਿਹਾ ਫੂਲਕੇ ਦਾ ਸਕਣਾ ਨਹੀਂ ਸੁਖਬੀਰ ਸਿਉਂ ਚੱਲ ਮੀਆਂ, ਆੜੀ ਭਾਜਪਾ ਤੀਕਰ ਜਾ ਪਈ ਉਹਦੀ, ਆੜੀ ਭਾਜਪਾ ਤੀਕਰ ਜਾ ਪਈ ਉਹਦੀ, ਮਨਫੀ ਨਹੀਂ ਹੋ ਅਕਾਲੀਆਂ ਹੋਮਣਾ ਈ, ਚੁਸਤੀ ਵੱਲੋਂ ਵੀ ਘੱਟ ਸੁਖਬੀਰ ਨਹੀਂ ਹੋ, ਪੈਜੂ ਫੂਲਕੇ ਨੂੰ ਆਖਰ ਰੋਮਣਾ ਈ। ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ, ਕੱਲ੍ਹ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।